ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਜਾਬ ਵੈਦਰ TV ਵਿੱਚ ਤੇ ਲੈ ਕੇ ਹਾਜ਼ਰ ਹੋਏ ਆਂ ਜੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ 2 ਸਾਲ ਅਤੇ 4 ਸਾਲ ਦੇ ਬੱਚੇ ਨੂੰ ਘਰ ਵਿੱਚ ਖੇਡਦੇ ਆ ਇਕੱਠਿਆਂ ਮਿਲੀ ਇਸ ਤਰ੍ਹਾਂ ਮੌਤ ਛਾਇਆ ਸੋਗ ਤਾਂ ਦੋਸਤੋ ਤੁਸੀਂ ਵੀਡੀਓ ਨੂੰ ਪੂਰੀ ਅੰਤ ਤੱਕ ਦੇਖਿਓ ਤਾਂ ਜੋ ਤੁਹਾਨੂੰ ਇਸ ਵੱਡੀ ਖਬਰ ਦੀ ਜਾਣਕਾਰੀ ਮਿਲ ਸਕੇ ਤੇ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਅਣ ਹੋਣੀ ਘਟਨਾ ਕਦੋਂ ਵਾਪਰਦੀ ਹੈ ਤੇ ਇਸ ਦੇ ਨਾਲ ਦਿਲ ਨੂੰ ਬਹੁਤ ਜ਼ਿਆਦਾ ਡੂੰਗੀ ਸੱਟ ਬਾਜਰੀ ਹੈ ਤੇ ਜਦੋਂ ਇਹ ਘਟਨਾਵਾਂ ਦੇ ਵਿੱਚ ਕਿਸੇ ਦੀ ਮੌਤ ਦਾ ਜੇਕਰ ਹੋ ਜਾਂਦਾ ਹੈ ਤਾਂ ਇਹਦੇ ਨਾਲ ਮਾਹੌਲ ਹੋਰ ਵੀ ਸੋਗਮਈ ਹੋ ਜਾਂਦਾ ਹੈ ਪਰ ਜਦੋਂ ਇਹਨਾਂ ਘਟਨਾਵਾਂ ਦੇ ਵਿੱਚ ਛੋਟੇ ਬੱਚਿਆਂ ਦੀ ਮੌਤ ਹੋਣ ਦੀ ਖਬਰ ਮਿਲਦੀ ਹੈ ਤਾਂ ਸੰਸਾਰ ਦੀ ਹਰ ਇੱਕ ਅੱਖ ਰੂ ਉੱਟਦੀ ਹੈ ਵੈਸੇ ਤਾਂ ਇਸ ਸੰਸਾਰ ਦੇ ਵਿੱਚ ਆਏ ਦਿਨ ਹੀ ਇਨਸਾਨ ਨੇ ਇੱਕ ਨਾ ਇੱਕ ਦਿਨ ਚਲੇ ਜਾਣਾ ਹੈ ਪਰ ਅਣ ਆਈ ਮੌਤ ਮਾਰਨਾ ਹਰ ਇੱਕ ਇਨਸਾਨ ਨੂੰ ਝੰਡੋੜ ਕੇ ਰੱਖ ਦਿੰਦਾ ਹੈ ਤੇ ਇੱਕ ਅਜਿਹੀ ਹੀ ਦੁਖਦਾਈ ਘਟਨਾ ਹਰਿਆਣਾ ਦੇ ਵਿੱਚ ਵਾਪਰੀ ਹੈ ਜਿੱਥੇ ਇੱਕ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਤੇ ਇਸ ਘਟਨਾ ਦੇ ਵਿੱਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ ਜਿਨ੍ਹਾਂ ਦੀ ਉਮਰ ਮਹਿਜ 2 ਅਤੇ 4 ਸਾਲ ਦੀ ਸੀ ਇਹ ਦਿਲ ਕੰਬਾਉ ਪਾਣਾ ਜੀਦ ਜ਼ਿਲ੍ਹੇ ਦੇ ਗੰਗੋਲੀ ਪਿੰਡ ਵਿੱਚ ਵਾਪਰਿਆ ਹੈ ਜਿੱਥੇ ਘਰ ਦੇ ਵਿਹੜੇ ਵਿੱਚ ਰੱਖੇ ਹੋਏ ਪਾਣੀ ਦੇ ਟੱਬ ਵਿੱਚ ਡੁੱਬਣ ਦੇ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ ਤੇ ਪ੍ਰਾਪਤ ਹੋਰੀ ਜਾਣਕਾਰੀ ਦੇ ਅਨੁਸਾਰ ਸਥਾਨਕ ਵਾਸੀ ਪ੍ਰਵੀਨ ਵੇਚਾਰਸਾਲਾ ਪੁੱਤਰ ਲਖਸ਼ ਅਤੇ 2 ਸਾਲਾ ਦක්ෂਸ਼ ਸੋਮਵਾਰ ਨੂੰ ਵਿਹੜੇ ਦੇ ਵਿੱਚ ਖੇਡ ਰਹੇ ਸਨ ਤੇ ਪਰਿਵਾਰ ਦੀਆਂ ਔਰਤਾਂ ਦੂਜੀ ਮੰਜ਼ਲ ਦੇ ਉੱਪਰ ਘਰੇਲੂ ਕੰਮ ਕਰ ਰਹੀਆਂ ਸਨ ਤੇ ਵਿਹੜੇ ਵਿੱਚ ਖੇਡਦੇ ਹੋਏ ਇਹ ਦੋਵੇਂ 마ਸੂਮ ਬੱਚੇ ਪਸ਼ੂਆਂ ਨੂੰ ਪਾਣੀ ਪਿਉਉਣ ਵਾਲੇ ਰੱਖੇ ਗਏ ਟੱਬ ਦੇ ਕੋਲ ਪਹੁੰਚ ਗਏ ਤੇ ਇਸ ਟੱਬ ਦੇ ਵਿੱਚ ਪਾਣੀ 2 ਫੁੱਟ ਦੀ ਉਚਾਈ ਤੱਕ ਸੀ ਤੇ ਨੇੜੇ ਖੜੇ ਦੋਵੇਂ ਭਰਾਵਾਂ ਦਾ ਸੰਤੁਲਨ ਵਿਗੜ ਗਿਆ ਤੇ ਉਹਨਾਂ ਦੇ ਸਹਿਰ ਦੇ ਵਪਾਰ ਦੇ ਸਰਕਾਰ ਜਿਹੜਾ ਕਿ ਟੱਬ ਵਿੱਚ ਉਹ ਡਿੱਗ ਪਏ ਤੇ ਇਸ ਘਟਨਾ ਦੀ ਖਬਰ ਪਰਿਵਾਰ ਨੂੰ ਉਸ ਸਮੇਂ ਲੱਗੀ ਜਦੋਂ ਪ੍ਰਵੀਨ ਖੇਤਾਂ ਵਿੱਚ ਉਹ ਪਸ਼ੂਆਂ ਲਈ ਪੱਠੇ ਲੈ ਕੇ ਵਾਪਸ ਆਇਆ ਤਾਂ ਬੱਚਿਆਂ ਦੀ ਹਾਲਤ ਵੇਖ ਕੇ ਪਰਿਵਾਰ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਤੇ ਉਹਨਾਂ ਨੇ ਬਿਨਾਂ ਦੇਰੀ ਕਰਦੇ ਹੋਏ ਬੱਚਿਆਂ ਨੂੰ ਹਸਪਤਾਲ ਪੰਚਾਇਤ ਪਰ ਇੱਥੇ ਡਾਕਟਰਾਂ ਨੇ ਦੋਹਾਂ ਭਰਾਵਾਂ ਨੂੰ ਮਰਿਤਕ ਐਲਾਨ ਕਰ ਦਿੱਤਾ ਤੇ ਪੋਸਟਮਾਰਟਮ ਤੋਂ ਬਾਅਦ ਦੋਹਾਂ ਬੱਚਿਆਂ ਦਾ ਇੱਕੋ ਹੀ ਜਗ੍ਹਾ ਸੰਸਕਾਰ ਕੀਤਾ ਗਿਆ ਤੇ ਇਹ ਘਟਨਾ ਦੇ ਨਾਲ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ